ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਵੈਲਕਮ ਬੈਕ ਟੂ ਆਰ ਚੈਨਲ। ਹੋਪ ਕਰਦਾ ਕਿ ਤੁਸੀਂ ਸਾਰਿਆਂ ਨੇ ਵਧੀਆ ਹੋਵੋਗੇ ਤੇ ਹੋਣਾ ਵੀ ਚਾਹੀਦਾ। ਅੱਜ ਦਾ ਵਲੌਗ ਸੱਚੀ ਬਹੁਤ ਵਧੀਆ ਵਲੌਗ ਹੈਗਾ ਕਿਉਂਕਿ ਅੱਜ ਮੇਰੇ ਮੰਮਾ ਮੇਰੇ ਨਾਲ ਵਲੌਗ ਸਟਾਰਟ ਕਰ ਰਹੇ ਨੇ। ਸੋ ਮੰਮਾ ਵੇਖ ਲਓ ਖੁਸ਼ ਵੀ ਗਏ ਹੈ ਤੇ ਏਂਜਲ ਅੱਜ ਮੇਕਅਪ ਕਰਾ ਰਹੀ ਹੈ ਤਾਂ ਨਹੀਂ ਹੈਗੀ ਨਾਲ ਤੇ ਤੁਹਾਨੂੰ ਦਿਖਾਉਂਦੇ ਹਾਂ। ਤੇ ਅੱਜ ਆਪਾਂ ਜਾ ਰਹੇ ਹਾਂ, ਤਾਇਆ ਜੀ ਨੇ ਸਾਨੂੰ ਇਨਵਾਈਟ ਕੀਤਾ ਡਿਨਰ ਲਈ, ਸੋ ਆਪਾਂ ਜਾ ਰਹੇ ਹਾਂ ਅਤੇ ਏਂਜਲ ਵੀ ਰੈਡੀ ਹੋ ਰਹੀ ਆ ਅਤੇ ਵਿਖਾਉਂਦੇ ਹਾਂ ਮੇਕਅਪ ਮੁਕਅਪ ਕਰੀ। ਤੁਹਾਨੂੰ ਪਤਾ ਟਾਈਮ ਬਹੁਤ ਲਾਉਂਦੀਆਂ ਕੁੜੀਆਂ, ਹੈ ਨਾ ਅੰਮਾ ਮੰਮੀ? ਵੈਸੇ ਸੱਚੀ ਮੰਮੀ ਮਤਲਬ ਕਿ ਇੰਨਾ ਮੇਕਅਪ ਨਹੀਂ ਲਾਉਂਦੇ, ਨੋਰਮਲੀ ਨੈਚੁਰਲੀ ਬਿਊਟੀ ਇੱਦਾਂ ਦੀ ਆ, ਉਹ ਵੀ ਅਸੀ ਹੈ। ਸੋ ਇੱਦਾਂ ਹੀ ਲਾਸਟ ਤੱਕ ਬਣੇ ਰਹੀ ਹੋ ਅਤੇ ਲਾਈਕ ਮੈਂ ਸ਼ੇਅਰ ਕਰਦੇ ਰਹੀ ਹੋ, ਇੱਦਾਂ ਸਪੋਰਟ ਕਰਦੇ ਰਹੋ ਅਤੇ ਥੈਂਕ ਯੂ। ਵਿਖਾਉਂਦੇ ਹਾਂ, ਓਕੇ ਬਾਏ। ਮੇਕਅਪ ਹੋ ਲੱਗ ਗਿਆ, ਓਏ ਮੇਕਅਪ ਹੋ ਗਿਆ, ਹੋ ਰਿਹਾ ਹਲੇ ਉਹ ਕੋ ਕਿੱਟ ਖਿਲਰੀ ਪਈ, ਕਿੱਟ ਤੇ ਖਿਲਰੀ ਰਹਿਣੀ ਆ, ਤੈਨੂੰ ਸੰਭਾਲਣਾ ਵੀ ਤੂੰ ਹੀ ਆ, ਠੀਕ ਆ? ਮੈਂ ਹੀ ਸੰਭੂੰਗੀ, ਹੋਰ ਕੀ ਰਹਿ ਗਿਆ? ਤੇ ਆ ਵੀ ਕਿੱਟ ਪਈ, ਇਹਨੂੰ ਵੀ ਚੁੱਕ ਲਈ, ਚੁੱਕ ਲੂੰਗੀ। ਹਾਂ ਹੋ ਗਈ ਰੈਡੀ? ਬਸ ਹੇਅਰ ਡੂ ਰਹਿ ਗਿਆ। ਕੀ ਰਹਿ ਗਿਆ? ਹੇਅਰ ਡੂ। ਅੱਛਾ, ਨਾਮ ਹੁੰਦਾ ਇਹਦਾ? ਮੈਨੂੰ ਲੱਗਾ ਹਾਂ ਇੱਦਾਂ ਕਹਿਣਾ ਸਟਾਈਲ ਦਾ, ਤੁਹਾਨੂੰ ਪਤਾ ਡੂ ਡੂ ਨਹੀਂ ਪਤਾ ਪੂਤਾ। ਆ ਹੋ ਗਏ, ਸੋ ਏਂਜਲ ਵੀ ਰੈਡੀ ਹੋ ਚੁੱਕੀ ਆ, ਤੇ ਰੁਕ ਤੇ ਜਾ ਸਾਹ ਤੇ ਲੈ ਲਿਆ ਕਰ, ਹੁਣ ਮੈਂ ਪੁੱਠਾ ਸਿੱਧਾ ਹੀ ਤੇ ਵੇਖਦਾ ਪਹਿਲੀ ਵਾਰੀ ਜੋ ਪਾਉਣ ਲੱਗਾ। ਐਸ ਵਿਖਣਾ ਚਾਹੀਦਾ, ਸਾਰਾ ਸਮਾਨ ਚੁੱਕ ਤੇ ਉੱਪਰ ਵੀ ਲੈ ਜਾ ਹੁਣ, ਠੀਕ ਆ? ਰੈਡੀ ਹੋ ਤਾਂ ਗਈ ਆ, ਸਮਾਨ ਵੀ ਚੁੱਕਣਾ ਹੁੰਦਾ ਵਾ, ਦੋ ਦੋ ਕਿੱਟਾਂ ਲੈ ਕੇ ਉੱਪਰੋਂ ਥੱਲੇ ਆ ਗਈ ਆ। ਹਾਂ ਜਲਦੀ ਕਰ ਨਾ ਫਿਰ, ਅੱਛਾ ਮੇਕਅਪ ਕਰਾਉਣਾ ਉਹ ਸੌਖਾ ਵਾ, ਹੈ ਸਮਾਨ ਚੱਕਣਾ ਤੁਹਾਡਾ ਔਖਾ, ਜਲਦੀ ਕਰ ਜਲਦੀ, ਕੁਛ ਰਹਿ ਤਾਂ ਨਹੀਂ ਗਿਆ। ਆਹ ਕੀ ਆ, ਆਹ ਕੀ ਆ? ਅੱਛਾ ਆਈ ਸ਼ੈਡੋਸ, ਮੈਂ ਕਿਤੇ ਕਾਪੀ ਕੀ ਡਰਾਇੰਗ ਵਾਲੀ। ਸੋ ਆ ਮੇਰਾ ਭਰਾ ਵਾ ਜੋ ਕਿ ਨਿਊਜ਼ੀਲੈਂਡ ਹੈਗਾ, ਅਭਿਨਵ ਠਾਕੁਰ। ਅੱਛਾ ਉਹ ਹੈ ਕੀ? ਹਾਂ ਤੇ ਤੈਨੂੰ ਨਹੀਂ ਪਤਾ? ਉਹ ਨਹੀਂ ਮੈਂ ਨਹੀਂ ਕਰਨਾ ਸੋਣਾ। ਲਾੜੀ ਤਾਂ ਤਿਆਰ ਹੋ ਹੀ ਗਈ ਹੋ, ਇਤਾਂ ਦਿਖ, ਸੋਰੀ ਮੈਂ ਹਿਮਾਚਲੀ ਭਾਸ਼ਾ 'ਚ ਵੀ ਆ ਜਾਂਦਾ ਵਿੱਚ ਜੀ। ਸੋ ਏਂਜਲ ਰੈਡੀ ਹੋ ਚੁੱਕੀ ਆ, ਤੇ ਕਮੈਂਟ 'ਚ ਦੱਸੋ ਕਿੱਦਾਂ ਲੱਗ ਰਹੀ ਆ, ਠੀਕ ਆ? ਮੈਂ ਸ਼ਰਮਾ ਰਹੀ ਆ ਲਾੜੀ ਵਾਂਗ, ਕਿੱਥੇ ਚੱਲੀ ਆ? ਚਲੋ ਉੱਪਰ ਕਿੱਥੇ ਫੜੋ ਨਾ ਕਿ ਨਹੀਂ ਲਾੜੀ ਤੇ ਅੱਬੇ ਹਾਲ, ਮੈਂ ਕਹੇ ਫੜਾ ਤੇ ਤੂੰ ਲੈ ਗਈ ਨਾ, ਤੇ ਮੈਨੂੰ ਕੀ ਹੋਇਆ ਆਪਾਂ ਕਰਨਾ ਪੈਂਦਾ ਕੀ ਕਰੀਏ, ਤੂੰ ਪੈਸੇ ਤੈਨੂੰ ਦੱਸ ਤੈਨੂੰ ਕੀ। ਚੱਲ ਚੱਲਾਂ 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 ਭਰਾ, ਕਿੱਟ ਫੜ ਲਈ ਟੈਂਸ਼ਨ ਲੈ, ਚੱਲ ਚੱਲ ਓਕੇ। ਬੋਦੀ ਬੋਲਣਾ, ਹੈਡ ਮਿਨਿਸਟਰ ਆਏ ਤੇ ਚੁੱਪ ਹੋ ਗਏ। ਖਲਾਰਾ ਤੂੰ ਵੀ ਪਾ, ਆ ਵੇਖੋ ਗਾਈਸ ਇੰਨਾ ਖਲਾਰਾ ਪਾਇਆ, ਇੰਨੇ ਇਹਨੂੰ ਚੁੱਕਣਾ ਕਿੰਨੇ ਆ, ਮੈਂ ਚੁੱਕਣਾ ਕੇ ਹੁਣ ਮੈਂ ਆ ਕੇ ਸੰਭਾਲੂੰਗੀ, ਆਪਾਂ ਲੇਟ ਹੋ ਰਹੇ ਹਾਂ। ਹਾਂ ਚੁੱਕ ਚੁੱਕ, ਫੋਟੋ ਆਪਣੀ ਘੈਂਟ ਆਈ ਵੈਸੇ, ਹੈ ਨਾ ਐਂਜਲ? ਹਾਂਜੀ ਫੋਟੋ ਆਪਣੀ ਘੈਂਟ ਆਈ ਆ। ਲਾੜੀ ਹੋ ਆਦੀ ਤਿਆਰ, ਦੇਖਿਆ ਤਾਂ ਸਾਈ, ਹਾਂ ਇਹਾਂ ਹੀ ਕਰਨਾ, ਸੋ ਸਾਰੇ ਜਣੇ ਰੈਡੀ ਹੋ ਗਏ ਤੇ ਤੁਰਨ ਲੱਗੇ ਆ, ਆਇਓ ਬਾਹਰ ਹੁਣ ਆਪਾਂ ਜੀ ਆਇਓ। ਵੇਖੋ ਇੰਨਾ ਤਿਆਰ ਸ਼ਿਆਰ ਹੋ ਗਏ ਹੈ, ਆਹ ਘਰ ਤੋਂ ਬਹੁਤ ਦੂਰ ਜਾਣਾ ਸੀ ਸਿਰਫ ਆਹ ਘਰ ਤੱਕ, ਆਹ ਉੱਪਰ ਚੜਿਆ ਸਰਬਾਲਾ, ਹੈ ਕੀ ਹਾਲ ਚਾਲ ਆ, ਠੀਕ ਆ? ਤੇ ਬੂਆ ਤਾਂ ਖੋਲ ਮਾਮਾ, ਆਹ ਘਰ ਤੋਂ ਆਹ ਘਰ ਜਾਣਾ ਸੀ, ਇੰਨੀ ਸੱਜ ਧੱਜ ਗਏ
ਜਾ ਰਹੇ ਆਪਾਂ ਜਿੰਦੇ ਰਹੋ ਸਤਿ ਸ਼੍ਰੀ ਅਕਾਲ ਭਾਜੀ ਸੁਭਾਗਯਵਤੀ ਭਾਉ ਯਾਰ ਜੀ ਹਿੰਦੀ ਆਂਦੀ ਮੈਨੂੰ ਸਾਹਿਬ ਜੀ ਰਾਮ ਰਾਮ ਖੁਸ਼ ਰਹੋ ਖੁਸ਼ ਆ ਜਾਓ ਆ ਜਾਓ ਆਇਆ ਸਰ ਬਾਲੇ ਜਲਦੀ ਭਾਬੀ ਸ਼ੈਫ ਹੈਗੇ ਨੇ ਅੱਜ ਹੋਰ ਦਿੱਤੇ ਠੀਕ ਆ ਭੱਜਣ ਕਿੱਥੇ ਗਿਆ ਆ ਜਾ ਤੇਰਾ ਆ ਜਾਓ ਆ ਜਾਓ ਆ ਸਰਬਾਲਾ ਡੋਨ ਤੂੰ ਇੱਧਰ ਬਹਿ ਥੈਂਕ ਯੂ ਰਾਹੁਲ ਭਾਈ ਭਾਬੀ ਥੈਂਕ ਯੂ वीडियो चला लो ना जल्दी भी तू अन चाचा ही ओके कुछ नहीं आ नहीं नहीं कुछ क्लैपिंग वेलकम ओ बात कर रही है ओ दर्शन चाचा ही थल्ले ना चाची बताइयां जी तुहानू मम्मी थोड़ा इधर आओ ਸਾਡੀ ਨੂਰਾਨੀ ਨੂੰ ਵੀ ਖਵਾ ਮੰਮੀ ਨੀ ਮੰਮੀ ਨੂੰ ਸ਼ੁਕਰ ਮੈਨੂੰ ਤੇ ਖਵਾ ਦੇ ਆਪ ਹੀ ਖਾਣਾ ਫਿਰ ਨਹੀਂ 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 ਉਹ ਫੋਨ ਆਇਆ ਉਹਨਾਂ ਦਾ ਮੈਂ ਕੀਤਾ ਸੀ ਨਾ ਤਾਂ ਜੀ ਤੇਰਾ ਹਾਂਜੀ ਚਮਚ ਨਾਲ ਇੱਕ ਇੱਕ ਚਮਚ ਦੇ ਦੇਣਾ ਕੋਈ ਗੱਲ ਨਹੀਂ 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 ਦੇ ਦੇ ਕੋਈ ਨਹੀਂ ਉਹ ਰੁਮਾਲ ਮੁੱਕ ਗਿਆ ਕੋਈ ਨਾ ਦੇ ਪਾਸ ਦੇ ਦਿਓ ਉਹਦੇ ਨੌ ਚਮਚ ਰੋ ਆਓ ਭਾਈ ਆਗੇ ਆਗੇ ਵੈਲਕਮ ਜੀ ਥੋੜਾ ਹਾ ਮਿਲ ਜੂਗਾ ਬਾਅਦ ਚੋਂ ਕਰ ਤੁਹਾਡੇ ਕੇ ਉਹ ਸ਼ੇਮ ਨਾ ਦਾ ਚਮਚ ਲੈ ਲਾ ਉਹ ਗੱਲ ਨੂੰ ਵੀ ਲੱਗ ਗਿਆ ਹੈ ਭੋਲਾ ਹੋਇਆ ਨੀ ਜਿੰਨਾ ਤੂੰ ਬੈਠਾ ਬੜਾ ਮੈਨੂੰ ਅਜੀਬ ਜਿਹਾ ਲੱਗਣ ਦਿਆ ਮੈਂ ਵੇਖਣ ਦੇ ਆਪਣਾ ਹੀ ਆ ਨਾ ਜਲਦੀ ਆ ਇਧਰ ਇਧਰ ਸ਼ਰਮਾਂਦੀ
चाकू वे तगड़ा लिया अमरूद कटने कटना फिर सारे आया शिम केक की फोटो लेती मैं लेती नहीं यार मैं लेती है ओके बापू आ मैनू दे दो ना ना मैनू दे दो इन्ना ना हो गया काम तो छोटे होंदे फोटो की है मम्मा दी ओ तो तुम फोन की थे हैं फोन आया ओ कर ले आ दे मोबाइल दे मेरा ओए नाल गजल ना दिते दिते तू ही है आदित्य ना फोटो मैं गाइए मैं उदे का मूवी देखने जो फोन च रिकॉर्ड हुई वेख ला देखन दी मिल जाता वा विकती बार बार मैं मिल जाता वा वेब सीरीज सारा कुछ है सब कुछ तेन तो नहीं फेसबुक लगी तो नहीं भूत क्या कुछ होने चल एक कह दे लाइक कमेंट शेयर कर दो सब्सक्राइब कर दो एक मिनट हां दस की कहने महंगी चीजा पानी आ गया मुंह पनीर पनीर ते आ वा ए भी पनीर है मलाई कोफ्ता
ਇਹ ਮੇਰਾ ਫੇਵਰੇਟ ਹੈ ਪਤਾ ਤੈਨੂੰ ਕੁਝ ਨਹੀਂ ਚੱਲ ਕੋਈ ਨਾ ਹੁੰਦਾ ਹੁੰਦਾ ਹੋ ਗਿਆ ਹੁਣ ਮੈਂ ਥਾਲੀਆਂ ਫੜਾਉਣ ਲੱਗਾ ਭਾਜੀ ਕਹਿਣਾ ਆਹ ਦੇ ਬੰਦੇ ਨਾ ਕਾਕੇ ਨੂੰ ਇਹਦੇ ਖਾਣੀ ਦੇ ਉਹਨੇ ਇਹਦੇ ਚ ਖਾਣੀ ਅਬੇ ਇਧਰ ਅੱਗੇ ਕਰ ਲੋ ਚਾਚੇ ਕੁਛ ਤੂੰ ਖਾਣਾ ਹੀ प्लेटा खोल वाकई हो गया चालू सब्जी खादी नहीं हो ਤੇ ਵੀ ਨਾਲ ਹੀ ਖਾਦੀ ਦਹੀਂ ਖਾਣ ਨੂੰ ਲੱਗੀ ਹੈ ਹੈ ਸਬਜ਼ੀ ਤੇ ਖਾ ਲਾ ਦੋ ਆ ਦੋ ਲੱਗੀ ਹੋਈ ਖਾਣ ਨੂੰ ਹੈ ਤੇਰੀ ਫੇਵਰੇਟ ਨਾ ਪਤਾ ਹੀ ਮੈਨੂੰ ਕਾਟ ਖਾਈ ਓਏ ਰਾਤ ਦਾ ਵੇਲੇ ਹੀ ਦੱਸ ਆ ਵੇ ਓਏ ਆ ਲੈ ਆ ਲੈ ਬਾਬਾ ਹੱਥ ਨਾ ਫੜ ਕੇ ਤੇ ਦਾਲ ਵਿੱਚ ਭੋਗ ਦੇ ਖਾਂਦਾ ਮਾਚਲੀ ਹੋ ਨਾ ਫਿਰ हिमाचली है ना तू ए हिमाचली है ना आप केड़ा खांदा मां खवांदी मेरा हुन ब्याह है बाबा ओ सा तेरा ब्याह भी है ना ब्याह यार इथे डीजे लाने गली च अपन हां लाने ने डीजे हां बोलदा बोलदा पर मेरे जो कर ले मेरा खाको ना झूठो लो पापे रहना तेरे ने आके दे फोटो तो खींचो मेरी खुशियां नहीं देखा ठंडा गा जी चलिए चलो थैंक यू सारे दा ओके बाय टेक केयर गुड नाइट गुड नाइट सारे आनु गुड नाइट हैव ए नाइस डे नहीं हैव ए पुताले ड्रीम्स हैव ए स्वीट ड्रीम्स हैव ए स्वीट ड्रीम्स ਵੇਖਦੇ ਲੋ ਖੋਲਤਾ ਵੈਸੇ ਸੋ ਇਹ ਸੀ ਸਾਡਾ ਅੱਜ ਦਾ ਵਲੌਗ ਜੇ ਤੁਹਾਨੂੰ ਸਾਰਿਆਂ ਨੂੰ ਵਧੀਆ ਲੱਗੇ ਲਾਈਕ ਕਮੈਂਟ ਸ਼ੇਅਰ ਕਰਨਾ ਨਾ ਭੁੱਲਣਾ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਰੈਗੂਲਰ ਵਲੌਗ ਆਣ ਕੇ ਫੈਮਿਲੀ ਵਲੌਗ ਆਣ ਕੇ ਤੇ ਇੱਦਾਂ ਸਪੋਰਟ ਦਿੰਦੇ ਰਿਹਾ ਕਰੋ ਥੈਂਕ ਯੂ ਲਵ ਯੂ